धन धन सतगुरु तेरा ही आसरा, धन धन सतगुरु तेरा ही आसरा। प्यारे सतगुरु दी प्यारी साध संगत जी, बाबा भोले शाह जी दी एक साखी तुहाडे रूप रू कर रहे हैं जी, ध्यान नाल सुनना जी। एक बार दी गल है, एक बार बाबा भोले शाह जी लाहौर शहर विच दुध लैण लई गए। तख्त पोश ते दुध दियां बाल्टियां रखी एक मुटियार गवालन दुध बेच रही सी। ਉਹ ਹਰ ਗ੍ਰਾਹਕ ਤੋਂ ਪੈਸੇ ਫੜਦੀ, ਗਿਣਦੀ ਤੇ ਮਿਣ ਕੇ ਦੁੱਧ ਉਸਦੇ ਭਾਂਡੇ ਵਿੱਚ ਪਾ ਦਿੰਦੀ। ਇਹ ਅਸੂਲ ਦੀ ਗੱਲ ਸੀ। ਉਹ ਹਰ ਗ੍ਰਾਹਕ ਨਾਲ ਇਸੇ ਅਸੂਲ ਦੀ ਪਾਲਣਾ ਕਰਦੀ। ਪਰ ਇੱਕ ਗੱਲ ਅਜਿਹੀ ਹੋਈ ਜੋ ਅਸੂਲ ਦੀ ਉਲੰਘਣਾ ਸੀ। ਇੱਕ ਸੋਹਣਾ ਜਿਹਾ ਗੱਭਰੂ ਆਇਆ, ਬੜਾ ਹੀ ਸੁਨੱਖਾ ਜਿਹਾ। ਉਸਨੇ ਮੁਟਿਆਰ ਦੀ ਤਲੀ 'ਤੇ ਕੁਝ ਰੱਖਿਆ। ਮੁਟਿਆਰ ਨੇ ਪਿਆਰ ਨਾਲ ਉਸ ਵੱਲ ਦੇਖਿਆ, ਪੈਸੇ ਬਿਨਾਂ ਗਿਣੇ ਹੀ ਗੱਲੇ ਵਿੱਚ ਸੁੱਟ ਲਏ। ਉਸਦਾ ਭਾਂਡਾ ਨੱਕੋ ਨੱਕ ਦੁੱਧ ਨਾਲ ਭਰ ਦਿੱਤਾ। ਬਾਬਾ ਬੁੱਲੇ ਸ਼ਾਹ ਜੀ ਇਹ ਸਭ ਦੇਖ ਕੇ ਬਹੁਤ ਹੈਰਾਨ ਹੋਏ ਕਿ ਨਾ ਤਾਂ ਇਸਨੇ ਪੈਸੇ ਗਿਣੇ ਤੇ ਨਾ ਹੀ ਦੁੱਧ ਮਿਣਿਆ, ਕੀ ਕਾਰਨ ਹੋ ਸਕਦਾ ਹੈ। ਜਦੋਂ ਗੱਲ ਸਮਝ ਵਿੱਚ ਨਾ ਆਈ ਤਾਂ ਅਖੀਰ ਬਾਬਾ ਬੁੱਲੇ ਸ਼ਾਹ ਜੀ ਨੇ ਉਸ ਮੁਟਿਆਰ ਨੂੰ ਪੁੱਛਣਾ ਹੀ ਠੀਕ ਸਮਝਿਆ। ਉਹ ਰੱਜੀ ਰੂਹ ਵਾਲੇ ਮੁਟਿਆਰ ਨੇ ਆਖਿਆ, ਐ ਰੱਬ ਦੇ ਫਕੀਰ ਬੰਦਿਆ, ਜਿੱਥੇ ਪਿਆਰ ਮੁਹੱਬਤ ਹੋਵੇ ਨਾ ਉੱਥੇ ਲੇਖੇ ਜੋਖੇ ਨਹੀਂ ਕਰੀਦੇ। ਇਹ ਸੁਣ ਕੇ ਬਾਬਾ ਬੁੱਲੇ ਸ਼ਾਹ ਦੇ ਮਨ 'ਤੇ ਬੜਾ ਹੀ ਗਹਿਰਾ ਅਸਰ ਹੋਇਆ ਅਤੇ ਉਹ ਆਪਣੇ ਮਨ ਨੂੰ ਲਾਣ ਤਾਂ ਪਾਉਣ ਲੱਗੇ ਕਿ ਇੱਕ ਸਧਾਰਨ ਜਿਹੇ ਗੱਭਰੂ ਨੂੰ ਅੱਤ ਸਧਾਰਨ ਜਿਹੀ ਗਵਾਲਣ ਤੇਰੇ ਨਾਲੋਂ ਚੰਗੀ ਹੈ, ਜਿਹੜੀ ਆਪਣੇ ਸੱਜਣ ਨਾਲ ਕੋਈ ਲੇਖਾ ਜੋਖਾ ਨਹੀਂ ਰੱਖਦੀ। ਇਹ ਤੂੰ ਕੁੱਲ ਮਾਲਕ ਦੇ ਨਾਮ ਜਪਣ ਦਾ ਲੇਖਾ ਰੱਖਣ ਲਈ ਇਹ ਤਸਵੀ ਜਾਣੀ ਕਿ ਮਾਲਾ ਚੁੱਕੀ ਫਿਰਦਾ। ਅਤੇ ਫਿਰ ਬਾਬਾ ਬੁੱਲੇ ਸ਼ਾਹ ਜੀ ਨੇ ਉਹ ਤਸਵੀ ਉਹ ਮਾਲਾ ਵਗਾ ਕੇ ਪਰਾਂ ਮਾਰੀ ਅਤੇ ਫਿਰ ਸਾਰੀ ਉਮਰ ਰੱਬ ਦਾ ਨਾਮ ਜਪਣ ਦਾ ਲੇਖਾ ਨਹੀਂ ਰੱਖਿਆ। ਬਾਬਾ ਬੁੱਲੇ ਸ਼ਾਹ ਜੀ ਨੇ ਤਾਂ ਆਪਣੀ ਮਾਲਾ ਵਗਾ ਕੇ ਪਰਾਂ ਸੁੱਟ ਦਿੱਤੀ, ਪਰ ਅਸੀਂ ਆਪਣੀ ਮਾਲਾ ਹਾਲੇ ਵੀ ਚੱਕੀ ਫਿਰਦੇ ਹਾਂ। ਕੋਈ ਕਹਿੰਦਾ ਹੈ ਮੈਂ ਅੱਧਾ ਘੰਟਾ ਸਿਮਰਨ ਕਰਦਾ ਹਾਂ, ਕੋਈ ਕਹਿੰਦਾ ਮੈਂ ਘੰਟਾ ਸਿਮਰਨ ਕਰਦਾ ਹਾਂ, ਕੋਈ 2 ਘੰਟੇ ਸਿਮਰਨ ਕਰਦਾ ਹੈ, ਕੋਈ ਕਹਿੰਦਾ ਹੈ ਮੈਂ 5 ਘੰਟੇ ਸਿਮਰਨ ਕਰਦਾ ਹਾਂ, ਕੋਈ ਮਾਲਕ ਦਾ ਪਿਆਰਾ ਕਹਿੰਦਾ ਹੈ ਮੈਂ 10 ਘੰਟੇ ਸਿਮਰਨ ਕਰਦਾ ਹਾਂ। ਸਾਧ ਸੰਗਤ ਜੀ, ਆਪਾਂ ਸਤਿਗੁਰ ਨਾਲ ਸਿਮਰਨ ਕਰਨ ਦਾ ਲੇਖਾ ਜੋਖਾ ਨਹੀਂ ਰੱਖਣਾ। ਆਪਣੇ ਸਤਿਗੁਰ ਦੀ ਯਾਦ ਵਿੱਚ ਇੱਕ ਇੱਕ ਸਵਾਸ ਲਗਾ ਦੇਣਾ ਹੈ ਅਤੇ ਹਰ ਸਮੇਂ ਇਹੀ ਅਰਦਾਸ ਕਰਨੀ ਹੈ ਕਿ ਹੇ ਮੇਰੇ ਸ਼ਹਿਨਸ਼ਾਹ, ਹੇ ਮੇਰੇ ਮੱਖਣ ਮਲਾਈ ਦਾਤਾ, ਹੇ ਮੇਰੇ ਸਤਿਗੁਰ ਡਾਕਟਰ ਰਾਮ ਰਹੀਮ ਜੀ ਇੰਸਾ, ਪਲੀਜ਼ ਪਿਤਾ ਜੀ ਜਲਦੀ ਤੋਂ ਜਲਦੀ ਸਾਡੇ ਵਿਚਕਾਰ ਆਓ, ਸਾਡੇ ਵਿਚਕਾਰ ਆਓ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ, ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਪਲੀਜ਼ ਚੈਨਲ ਨੂੰ ਲਾਇਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਸਾਡੀ ਆਉਣ ਵਾਲੀ ਹਰ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ, ਧੰਨ ਧੰਨ ਸਤਿਗੁਰੂ ਤੇਰਾ ਹੀ